ਹਰ ਬੰਦੇ ਦੀ ਇੱਛਾ ਹੁੰਦੀ ਹੈ ਭੈਣੋ ਮਾਤਾਓ ਮੇਰੀਆਂ ਧੀਆਂ ਵੀ ਬੈਠੀਆਂ ਕਿਉਂਕਿ ਮੇਰੇ ਵੀ ਹੁਣ ਰੈਂਕ ਬਹੁਤ ਲੱਗ ਚੁੱਕੇ ਆ ਕੋਈ ਕਹਿੰਦਾ ਸਿੱਕਾ ਮੇਰਾ ਦੁਨੀਆਂ ਤੇ ਚੱਲੇ ਜੀ ਇੱਛਾ ਕੋਈ ਕਹਿੰਦਾ ਸਿੱਕਾ ਮੇਰਾ ਦੁਨੀਆਂ ਤੇ ਚੱਲੇ ਜੀ ਕੋਈ ਕਹਿੰਦਾ ਹਰ ਪਾਸੇ ਹੋ ਜਾਏ ਬੱਲੇ 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 ਜੀ ਕੋਈ ਕਹਿੰਦਾ ਨੋਟਾਂ ਨਾਲ ਭਰੇ ਰਹਿਣ ਗੱਲੇ ਜੀ ਕੋਈ ਕਹਿੰਦਾ ਨਾਮ ਮੇਰਾ ਦੁਨੀਆਂ ਤੇ ਚੱਲੇ ਜੀ ਕੋਈ ਕਹਿੰਦਾ ਨਾਮ ਮੇਰਾ ਚੱਲੇ ਸੰਸਾਰ ਦੇ ਅੱਜ ਦਾ ਤਾਂ ਸਾਰਿਆਂ ਦੀ ਵਿਗੜੀ ਸਵਾਰ ਦੇ ਅੱਜ ਦਾ ਤਾਂ ਸਾਰਿਆਂ ਦੀ ਵਿਗੜੀ ਸਵਾਰ ਦੇ ਅਗਲੀ ਇੱਛਾ ਕੋਈ ਕਹਿੰਦਾ ਦਾਤਾ ਮੈਨੂੰ ਮਹਿੰਗੀ ਜਿਹੀ ਕਾਰ ਦੇ ਦੇ ਕੋਈ ਕਹਿੰਦਾ ਦਾਤਾ ਮੈਨੂੰ ਚੰਗਾ ਰੁਜ਼ਗਾਰ ਦੇ ਦੇ ਕੋਈ ਕਹਿੰਦਾ ਮੈਨੂੰ ਬਸ ਇੱਕ ਦਾਦਾ ਪੁੱਤ ਦੇ ਦੇ ਕੋਈ ਕਹਿੰਦਾ ਦਾਦਾ ਮੈਨੂੰ ਦੁਨੀਆਂ ਦੇ ਸੁੱਖ ਦੇ ਦੇ ਕੋਈ ਕਹਿੰਦਾ ਦਾਦਾ ਮੇਰੇ ਦੁੱਖੜੇ ਨਿਖਾਰ ਲੈ ਅੱਜ ਦਾਦਾ ਮੇਰੀ ਵੀ ਤੂੰ ਵਿਗੜੀ ਸਵਾਰ ਦੇ ਅੱਜ ਦਾਦਾ ਮੇਰੀ ਤੂੰ ਵੀ ਵਿਗੜੀ ਸਵਾਰ ਦੇ ਅਗਲੀ ਇੱਛਾ ਡਿਜ਼ਾਇਰ ਹੈ ਹਰ ਬੰਦੇ ਦੀ ਕੋਈ ਕਹਿੰਦਾ ਦਾਦਾ ਜੀ ਕੈਨੇਡਾ ਚਲੇ ਜਾਵਾਂ ਮੈਂ ਅਮਰੀਕਾ ਚਲੇ ਜਾਵਾਂ ਮੈਂ ਛੇਤੀ ਛੇਤੀ ਪੱਕਾ ਹੋ ਕੇ ਫੇਰ ਘਰ ਆਵਾਂ ਮੈਂ ਕੋਈ ਕਹਿੰਦਾ ਦਾਦਾ ਜੀ ਪਲਾਟ ਵਿੱਚ ਮਿਲ ਜਾਏ ਸ਼ਹਿਰ ਵਿੱਚ ਇੱਕ ਕੋਠੀ ਸੋਹਣੀ ਜੀ ਬਣਾਵਾਂ ਮੈਂ ਕੋਈ ਕਹਿੰਦਾ ਮਾਲਕਾ ਬਣਾ ਦੇ ਮੈਨੂੰ ਲੱਖਾਂ ਦਾ ਕੋਈ ਕਹਿੰਦਾ ਸਾਈਆਂ ਤੂੰ ਬਣਾ ਦੇ ਮਾਲਕ ਲੱਖਾਂ ਦਾ ਕੋਈ ਕਹਿੰਦਾ ਮਾਲਕ ਬਣਾ ਦੇ ਤੂੰ ਲੱਖਾਂ ਦਾ ਜੋਰਾ ਕਹਿੰਦਾ ਸਾਈਆਂ ਮੈਨੂੰ ਆਪਣਾ ਪਿਆਰ ਦੇ ਅੱਜ ਦਾ ਤਾਂ ਸਾਰਿਆਂ ਦੀ ਵਿਗੜੀ ਸਵਾਰ ਦੇ ਅੱਜ ਦਾ ਤਾਂ ਸਾਰਿਆਂ ਦੀ ਵਿਗੜੀ ਸਵਾਰ ਦੇ ਅੱਜ ਦਾ ਤਾਂ ਸਾਰਿਆਂ ਦੀ ਵਿਗੜੀ ਸਵਾਰ ਦੇ ਸੋ ਇਹ ਦਾਤਾ ਸਾਰਿਆਂ ਦੀ ਵਿਗੜੀ ਸਵਾਰ ਦੇ ਇਹੀ ਦੁਆ ਕਰਨਾ ਹੈ ਕਦੇ ਕਿਸੇ ਤੇ ਮਾੜਾ ਵਕਤ ਨਾ ਸਦਾ ਤੁਸੀਂ ਖੁਸ਼ੀਆਂ ਮਾਣੋ ਇਹੀ ਮੇਰੀ ਦੁਆ ਸੰਦੇਸ਼ ਕਰ ਰਿਹਾ ਸੁਗੜ ਸਿਆਣੇ ਬੰਦੇ ਗੱਲਾਂ ਕਰਨ ਪਿਆਰ ਦੀਆਂ ਬੋਲ ਨਾ ਦੇ
ਬਾਪੂਆ ਸਾਰਾ ਮਿੰਟਾਂ ਦੇ ਵਿੱਚ ਕੀ ਦਾ ਕੀ ਹੋ ਗਿਆ ਤੇ ਇੱਕੋ ਵਿਚਾਰੀ ਨਾਲ ਤੁਰਦੀ ਫਿਰਦੀ ਉਹਦੇ ਵਾਲੀ ਵੀ ਜਾਇਕਾਰ ਹੋ ਗਈ ਕਿਸੇ ਸਿੱਖ ਦਾ ਮੈਂ ਬੰਦੇ ਦਾ ਪੁੱਤਰ ਹਾਂ ਤੇ ਬੰਦਾ ਹੀ ਰਹਿਣਾ ਚਾਹੁੰਦਾ।
ਮੈਂ ਤੇ ਬੁੱਲੇ ਸ਼ਾਹ ਦੇ ਵਾਂਗੂ ਨੰਗਾ ਹੀ ਰਹਿਣਾ ਚਾਹਦਾ ਮੈਂ ਤੇ ਬੁੱਲੇ ਸ਼ਾਹ ਦੇ ਵਾਂਗੂ ਨੰਗਾ ਹੀ ਰਹਿਣਾ ਘਰੇ ਬੈਠ ਕੇ ਸੁਣ ਲਿਓ ਤੁਹਾਡੇ ਘਰਾਂ 'ਚ ਹੀ ਮੈਂ ਆ ਜਾਣਾ ਫਿਕਰ ਨਾ ਕਰੇ ਸੋ ਬਹੁਤ ਸੋਹਣਾ ਗੀਤ ਲਿਖਿਆ ਭੈਣ ਜੀ ਤੁਹਾਡੇ ਵੱਲੋਂ ਪਾਸ ਹੈ ਜੀ ਮੈਂ ਤਾਂ ਭੈਣ ਜੀ ਨੂੰ ਕਹਿੰਦਾ ਸੀ ਮੈਨੂੰ ਯਾਦ ਕਰ ਲਿਆ ਕਰ ਤਵੇ ਤੇ ਰੋਟੀ ਪਾ ਕੇ ਤਾਂ ਗੁਰੂ ਨਾਨਕ ਨੂੰ ਉਸੇ ਵੇਲੇ ਹਾਜ਼ਰ ਹੋ ਵਾਹ ਵਾਹ ਮੈਂ ਵੀ ਤਾਂ ਇਹੀ ਕਹਿੰਦੀ ਰਹਿੰਦੀ ਹਾਂ ਕਿ ਬੰਨ ਵੀਰ ਰੱਖੜੀ ਜਵਾਨੀ ਮਾਣਵੇ ਭੈਣੋ ਜਦੋਂ ਤੇਰਾ ਮਾਣ ਤਾਂ ਸੁਰਿੰਦਰ ਸ਼ਿੰਦਾ ਹਰ ਮਾਂ ਹਰ ਭੈਣ ਜਦੋਂ ਮਾਂ ਪੁੱਤ ਨੂੰ ਬਹੁਤਾ ਪਿਆਰ ਕਰਦੀ ਹੈ ਕਹਿੰਦੀ ਹੈ ਮੇਰਾ ਸ਼ਿੰਦਾ ਪੁੱਤ ਹੈ ਜਦੋਂ ਭੈਣ ਪਿਆਰ ਕਰਦੀ ਹੈ ਕਹਿੰਦੀ ਹੈ ਮੇਰਾ ਸ਼ਿੰਦਾ ਵੀਰ ਹੈ ਤੇ ਆਸ਼ਾ ਸ਼ਰਮਾ ਨੂੰ ਵੀ ਇਸ ਗੱਲ ਦਾ ਮਾਣ ਹੈ ਇਹ ਸਾਰੀਆਂ ਪੰਜਾਬੀ ਭੈਣਾਂ ਦਾ ਵੀਰ ਹੈ ਸਵਾਏ ਮੇਰੀ ਇੱਕੋ ਇੱਕ ਭਰਜਾਈ ਨੂੰ ਛੱਡ ਕੇ ਜਦ ਮੈਂ ਬਗੀਚਿਆਂ ਦੀ ਆਪਣੀ ਹੈ ਸ਼ਾਨ ਪਰ ਵੇਰੇ ਵਾਲਾ ਮਹਿਕ ਦਾ ਗੁਲਾਬ ਚੇਤੇ ਰੱਖੀਏ ਪਿੰਡ ਵੱਲ ਜਾਂਦੀ ਪਗਡੰਡੀ ਨੂੰ ਵਿਸਾਰੀਏ ਨਾ ਸਤਲੁਜ ਰਾਵੀ ਤੇ ਚਨਾਬ ਚੇਤੇ ਰੱਖੀਏ ਲੋਹੜੀਆਂ ਵਿਸਾਖੀਆਂ ਦੀਵਾਲੀਆਂ ਮਨਾਉਂਦੇ ਰਹੀਏ ਕਿਸੇ ਤਰ੍ਹਾਂ ਆਪਣਾ ਪੰਜਾਬ ਚੇਤੇ ਰੱਖੀਏ ਇਸੇ ਤਰ੍ਹਾਂ ਆਪਣਾ ਪੰਜਾਬ ਚੇਤੇ ਰੱਖੀਏ ਚਿੰਨੇ ਵੀਰ ਦੇ ਨਾਮ ਤੇ ਵੀ ਤਾੜੀਆਂ ਜਦ ਇੱਕ ਵਾਰੀ ਜ਼ੋਰਦਾਰ ਪੰਜ ਪੀੜੀਆਂ ਦੀ ਪਸੰਦ ਹੈ ਮੈਂ ਅੱਖਾਂ ਦੇ ਨਾਲ ਵੇਖਿਆ ਮੇਰੀ ਨਾਨੀ ਨੂੰ ਸੁਰਿੰਦਰ ਸ਼ਿੰਦੇ ਦੇ ਜਸਦੀਪ ਬਾਈ ਜੀ ਗੀਤ ਸੁਣਦੇ ਮੈਂ ਅੱਖਾਂ ਦੇ ਨਾਲ ਵੇਖਿਆ ਆਪਣੀ ਮਾਂ ਨੂੰ ਸੁਰਿੰਦਰ ਸ਼ਿੰਦੇ ਦੇ ਗੀਤ ਸੁਣਦੇ ਹਾਂ ਆਸ਼ਾ ਸ਼ਰਮਾ ਨੂੰ ਮਾਣ ਹੈ ਆਪਣੇ ਇਸ ਵੀਰ ਦੇ ਗਾਏ ਹੋਏ ਗੀਤਾਂ ਤੇ ਅੱਜ ਮੇਰੀ ਧੀ ਵੀ ਸੁਣਦੀ ਹੈ ਮੈਂ ਦੁਨੀਆਂ ਦੇ ਨਕਸ਼ੇ ਤੇ ਇੰਗਲੈਂਡ ਵੇਖਦੀ ਰਹਿੰਦੀ ਹਾਂ ਤੇ ਅੱਜ ਉਹਦਾ ਮੁੰਡਾ ਵੀ ਜਾਣੀ ਕਿ ਮੇਰਾ ਦੋਤਾ ਵੀ ਕਹਿੰਦਾ ਕਿ ਮਾਂ ਉਹ ਗੀਤ ਲਾ ਦੇ ਮੈਂ ਕਿਹਾ ਕਿਹੜਾ ਨਵਾਂ ਲੈ ਜੇ ਅੱਖ ਰੱਖ ਜਿੰਦਰਿਆਨ ਨੇ ਪੰਜ ਪੀੜੀਆਂ ਦੀ ਪਸੰਦ ਸਾਡੇ ਘਰ ਦੇ ਵਿੱਚ ਹੈ ਤੁਹਾਡੇ ਘਰਾਂ ਦੇ ਵਿੱਚ ਸ਼ਾਇਦ ਕਈਆਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਪੀੜੀਆਂ ਹੁੰਦੀਆਂ ਤਾੜੀਆਂ ਵਜਾ ਦੋ ਮੇਰੇ ਵੀਰ ਦੇ ਨਾਮ ਤੇ ਤੇਰਾ ਜੋ ਦੀਦਾਰ ਹੋ ਗਿਆ
बेमतलब संसार हो गया, तेरी तकनी रंग रंगीली रूह तक दा शिंगार हो गया, तेरी हां हुलारा हंबला डुबदा डुबदा पार हो गया, हीरे भुल गया हीरे रांझा, हीरे भुल गया हीरे रांझा, ते तख्त हजारा हार हो गया, तख्त हजारा हार हो गया। ते जिंदा भाई तारियां ਬਹਿਨੀ ਨੇ ਗਈ ਹੈ ਪੰਜ ਪੀੜ੍ਹੀਆਂ ਤੇ ਮਾਣ ਸਾਡੀ ਕਿਸਮਤ ਚ ਪੀੜ੍ਹੀਆਂ ਮੰਜੇ ਲਿਖੇ ਹੈ ਕਿਉਂਕਿ ਮੈਂ ਮਿਸਤਰੀਆਂ ਦਾ ਮੁੰਡਾ। ਜੇ ਪਾਕਿਸਤਾਨ ਚ ਆਲਮ ਲਹਾਰ ਆਲ ਫੁਰੀ ਕਹਿੰਦੇ ਨੇ ਤੇ ਇੱਧਰ ਮੈਂ ਤੁਹਾਡੀ ਰਹਿਨਮਾਈ ਕਰ ਰਿਹਾ ਇੱਧਰ ਦੇ ਪੰਜਾਬ ਸੁਰਿੰਦਰ ਸ਼ਿੰਦਾ ਪਿਆਰ ਹੈ ਤੁਹਾਡਾ ਦਾ। ਉਹ ਜਿਹੜਾ ਗੀਤ ਹੈ ਬਹੁਤ ਮੇਰਾ ਖਿਆਲ ਹੈ ਪਸੰਦ ਆਊਗਾ, ਤੁਸੀਂ ਬਹੁਤ ਵਾਰੀ ਯੂਟਿਊਬ ਤੇ ਦੇਖਿਆ ਹੋਣਾ। ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ, ਪੰਡਾਲ ਸਾਹਿਬ ਅੱਜ ਮੇਰੇ ਮੈਟਰ ਮੈਨੇਜਰ ਨੇ, ਚਰਨ ਪੰਡਾਲ ਦੀ ਤਾੜੀਆਂ ਇਹਨਾਂ ਵਾਸਤੇ, ਕਿਉਂਕਿ ਉੱਥੇ ਇੰਡੀਆ 'ਚ ਤਾਂ ਮਾੜੀ ਜੰਗ ਜਿਹੀ ਟੀਮ ਮੇਰੇ ਨਾਲ ਹੁੰਦੀ ਹੈ, ਇੱਥੇ 1.25 ਲੱਖ ਜਾਂ ਤੁਸੀਂ ਮੇਰੇ ਨਾਲ ਸਾਰੀ ਦੇਰੀ। ਜੇ ਬੋਲ ਚੰਗੇ ਲੱਗੇ ਤਾਂ ਤਾੜੀ ਵਜਾਇਓ। ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ, ਸਾਡੀ ਮਸਤ ਮਲੰਗਾਂ ਦੇ ਠੱਕਰਾਂ ਦੀ ਚਾਲ, ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ, ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ, ਲੋਕੀ ਹੋਟ ਨਹੀਂ ਕਮਾਉਂਦੇ ਸੀ। ਬੁਲਾਓ ਕਾਮਲੇ ਕੌਰ ਹਿੱਟ ਬੈਣਾ ਗੁਰਵਿੰਦਰ ਬਰਾੜ ਦੀ ਕਲਮ ਪੇਸ਼ ਕਰ ਰਹੇ ਹਾਂ। ਉਸ ਤੋਂ ਪਹਿਲਾਂ ਕੁਝ ਲਾਈਨਾਂ ਸੁਣਨ ਵਾਲੀਆਂ, ਤੁਹਾਡੇ ਬਹੁਤ ਸੁਰੀਲੀ ਆਵਾਜ਼ ਜਿਹਦਾ ਮੈਂ ਆਸ਼ਿਕ ਹਾਂ ਸਾਹਿਬ, ਉਹ ਵੀ ਮੇਰਾ ਸਾਥ ਦੇ ਰਿਹਾ, ਇਹਦੇ ਲਈ ਤਾੜੀਆਂ ਵਜਾ ਦਿਓ। ਅਮੈਰੀਕਾ ਦਾ ਸੁਰੀਲਾ ਬੰਦਾ ਬੱਗਾ, ਇਹਦੇ ਲਈ ਵੀ ਤਾੜੀਆਂ, ਪਤਾ ਨਹੀਂ ਕਮਜ਼ੋਰ ਹੀ ਹੋ ਗਈਆਂ ਮੈਨੂੰ। ਮੈਂ ਕਿਹਾ ਉੱਥੇ ਜਾ ਤੈਨੂੰ ਮੋਬੇ ਵਾਲੇ ਡਾਕਟਰ ਦੀ ਦਵਾਈ ਦਵਾਵਾਂ, ਤੇਰੇ ਗੁਆਂਢੀਆਂ ਦਾ ਵੀ ਭਾਰ ਬਚੂਗਾ। ਆ ਜੀ ਦੂਜਾ ਰੱਖ ਲੈ, ਕੋਈ ਨੀ ਜਿਹੜਾ ਮਰਜ਼ੀ ਰੱਖ ਹੁਣ ਸੁਣ। ਦੇਖੋ ਇੱਥੇ ਆ ਗਏ ਆਪਾਂ, ਬਹੁਤ ਕੁਛ ਕਮਾ ਲਿਆ, ਧੰਨ ਧੰਨ ਰਾਮਦਾਸ ਗੁਰੂ ਜੀ ਨੇ ਸਿਰਿਆ ਤੇ ਸਵਾ ਲਿਆ, ਇੰਨੀਆਂ ਰਹਿਮਤਾਂ ਹੋ ਗਈਆਂ ਤੁਹਾਡੇ ਤੇ, ਪਰ ਇਸ ਗੱਲ ਜੇ ਚੰਗੀ ਲੱਗੇ ਤਾਂ ਤਾਰੀ। ਲੱਖਾਂ ਡਾਲਰ ਕਮਾ ਲੈ ਲੱਖਾਂ ਡਾਲਰ ਦੇਰ ਬਾਦ ਪਤਾ ਲੱਗਿਆ ਬਹੁਤ ਰਿਸ਼ਤੇ ਗਵਾਲੇ ਜਾਂ ਤਾਂ ਖੁੱਲ ਕੇ ਵੀ ਆ ਜਾਂਦੇ, ਬੜੀ ਦੇਰ ਬਾਅਦ ਪਤਾ ਲੱਗਿਆ ਕਈ ਉਹ ਤਾਂ ਉੱਥੇ ਹੀ ਰਹਿ ਗਏ। ਆ ਜਿਹੜੀ ਹੁਣ ਦੀ ਜਨਰੇਸ਼ਨ ਹੈ, ਕਹਿੰਦੇ ਅਸੀਂ ਨਹੀਂ ਜਾ ਕੇ ਜ਼ਮੀਨ ਵਾਹੁਣੀ, ਫਿਰ ਬਾਪੂ ਹੌਂਗਾ ਲੈਂਦਾ ਕਹਿੰਦਾ ਪਤੰਦਰੋ ਪਤਾ ਨਹੀਂ ਕਿਵੇਂ ਔਖੇ ਹੋ ਕੇ ਬਣਾਈ ਸੀ, ਹੁਣ ਤੁਸੀਂ ਉੱਥੇ ਜਾਂਦੇ ਆ ਕੁਝ ਕਹੋ। ਸਾਹਿਲ ਲਾ ਦੇ ਖੁੱਤ ਬਾਅਦ ਇੱਕ ਲੱਖਾਂ ਡਾਲਰ ਦੇਰ ਬਾਅਦ ਪਤਾ ਲੱਗਿਆ ਬਹੁਤ ਰਿਸ਼ਤੇ ਗਵਾ। ਉਹ ਕੰਗ ਸਾਹਿਬ ਦੂਰ ਖੜੇ ਤਾੜੀਆਂ ਜੁੜੀ ਜਾਂਦੀ, ਇੱਕ ਆਸ਼ਿਕ ਨੂੰ ਬਾਪੂ ਜੀ ਇੱਧਰ ਬਾਈ ਜਸਵੀਰ ਹੋਣੀ ਬੈਠੇ ਨੇ, ਚੜ੍ਹਦੇ ਸੂਰਜ ਵਾਲੇ ਬੈਠੇ ਨੇ, ਕਈ ਡੁੱਬਦੇ ਵਾਲੇ ਵੀ ਬੈਠੇ ਨੇ,
आशिक नूं सुपुरदे खाक जिन्हें अपने संस्कार होंदा है सुपुरदे खाक होंदा है ओनूं मिट्टी च दब के चली जांदा है। जिहा गल चंगी लगे उस आशिक की रूह तड़फदी है, उस आशिक की रूह तड़फदी है। कोई सारी दुनिया आई है ओ किथे है जिहदे लई मैं पागल होया सी। तवज्जो दिओ शेर सुन लिया माइये दाइन सुन लिया तो सफर कामयाब हो जाऊ। मैं गेड़े मार मार सारे लाहौर च मर गया पिछे कबराज खया बुत तोड़ो रू पुछ माइया किथे तक अगली लाइन तुम्हें कहनी माइया किथे तक ना स्वामी रामदेव वांगू जिहड़ा सिंगर दे मगर मगर गावे उहनूं हार्ट अटैक नहीं आवाज़ आ गया। अज तो तेरी पेमेंट घटा दी इन्ना अच्छा क्यों मिला आ जो गाना उही है। मैं भजन नूं कहा मित्रा धुंद ना पै जे जहाज ना खराब हो जाए शिंदा तेरे शो ते पहुंचूगा। इन्हां नूं पता मैनूं बुखार सी मैं दस्सिया भाई ने तो लाओ सुनना भी गल है। Hare Mori Te Hare Mori Te Kana Sakhiya Chalai
ਉਡੀਕ ਰੱਖਿਆ ਕਰੋ। ਆਹ ਲਾਈਨ ਸੁਣਨ ਵਾਲੀ ਹੈ, ਨਾਲ ਜਿਸ ਦੇ ਪਿਆ ਦੇ ਨਾਲ ਜਾਰੀ ਰੱਖੀਏ, ਲਿਖਿਆ ਮੁਕਤਸਰ ਨਹੀਂ
ਕੱਲੀ ਕਿਨਾਰੀ ਵੀ ਆ ਪੇਮੈਂਟ ਤਾਂ ਤੈਨੂੰ ਉਨੀ ਕੀ ਮਿਲਣੀ ਗੁਰਮਿੰਦਰ ਬਰਾੜਾ ਸਾਗਰੀ ਦੀਆਂ ਚੌਥੇ ਜੇ ਗੁਰੂ ਰਾਮ ਚੰਗਾ ਲੱਗਿਆ ਸਿਰਫ ਭੈਣਾਂ ਏਦਾਂ ਨਹੀਂ ਆਹ 16 ਤੋਲੇ ਦਾ ਕੜਾ ਹੈ ਇੱਕ ਵਾਰੀ ਤਾੜੀ ਮੇਰੇ ਵੀਰ ਵਜਾਉਣਗੇ ਅਜੇ ਤੁਸੀਂ ਮੇਰੀ ਗੱਲ ਨਹੀਂ ਸੁਣੀ ਕਿਉਂਕਿ ਮੈਂ ਇੱਕੋ ਗੱਲ ਕਹਿਣਾ ਹੁੰਦਾ ਅੱਛੇ ਦੇ ਨਾਮੇ ਵਾਲੇ ਜਿਹੜੀ ਪਾਰਟੀ ਮੇਲ ਫੀਮੇਲ ਜਿਹੜੀ ਪਾਰਟੀ ਜ਼ੋਰ ਦੀ ਤਾੜੀ ਵੀ ਆਊਗੀ ਉਹਨਾਂ ਨੂੰ ਅੱਜ ਇੱਥੇ ਦੇ ਕੇ ਜਾਣਾ ਆ ਰੱਖਦਾ ਜਿਹੜਾ ਹੱਥ ਵੀ ਲਾ ਕੇ ਸੌਂ ਲੱਗੇ ਪਹਿਲਾਂ ਲੇਡੀਜ਼ ਫਸਟ 1 2 3 ਵੈਰੀ ਗੁੱਡ ਕਾਂਗਰਸ ਪਾਰਟੀ ਲਵ ਯੂ ਬਾਰੀ ਹੈ ਮਿੱਤਰੋ ਸਾਰਾ ਸਾਲ ਅਗਲੇ ਸਾਲ ਪ੍ਰੋਗਰਾਮ ਤੱਕ ਵੀ ਤਾਂ ਬੇਇੱਜ਼ਤੀ ਹੋ ਮੇਲ ਮੈਂ 3 ਕਹਿਣਾ ਤਾੜੀਆਂ ਦੇ ਨਾਲ ਹੀ ਫੈਸਲਾ ਕਰਨਾ 1 2 3 ਫੈਸਲਾ ਫੈਸਲਾ ਦੋਨੋਂ ਪਾਰਟੀਆਂ ਤਗੜੀਆਂ ਕੜਾ ਮੈਂ ਆਪਣੀ ਕੋਲ ਹੀ ਰੱਖ ਲਿਆ ਕਿੰਨੇ ਗੇੜੇ ਲਾ ਕੇ ਕੜਾ ਬਣਿਆ
ਪਰ ਉਹ ਭਾਈ ਜੀ ਜਿੰਨੀ ਖੜ ਕੇ ਤਾਰੀ ਵੀ ਭਾਈ ਜੀ ਖੜੇ ਹੋ, ਤੂੰ ਮੇਰੇ ਕੋਲ ਆ ਜਾ, ਮੈਂ ਤੈਨੂੰ ਆਲਮਗੀਰ ਗੁਰਦੁਆਰੇ ਜਾ ਕੇ ਕੜਾ ਪਾ ਦੂੰਗਾ, ਨਾਲੇ ਤੇਰਾ ਮੱਥਾ ਟਿਕਾ। ਚਲੋ ਅਗਲਾ ਗੀਤ ਆ ਰਿਹਾ ਸ਼ਹੀਦਾਂ ਦੇ ਸਰਤਾਜ, ਇਹ ਭਾਈ ਜੀ ਤੂੰ ਵੀ ਭੇਜ ਦਿਓ, ਦੂਜੇ ਕਾਲੇ ਤੇ ਬਣਾ ਦਿਓ। ਜਿਹੜੇ ਜਿਹੜੇ ਭਗਤ ਸਿੰਘ ਨੂੰ ਪਿਆਰ ਕਰਦੇ ਨੇ ਤਾੜੀਆਂ ਵੀ ਆ ਕੇ ਦੱਸ ਦਿਓ, ਕਿਉਂਕਿ ਮੈਂ ਉਹ ਕੁਝ ਗਾਉਣਾ, ਉਹਦਾ ਕੋਈ ਮੈਸੇਜ ਹੈ ਇਹਨਾਂ ਬੱਚਿਆਂ ਨੂੰ, ਆਪਾਂ ਦੱਸਣਾ ਸਾਡੇ ਸ਼ਹੀਦ ਕਿਹੋ ਜਿਹੇ ਹੋਏ ਨੇ। ਮੈਂ ਕਦੇ ਬਾਈ ਜੀ ਸੀਡੀ ਸੂਡੀ ਲਾ ਕੇ ਨਹੀਂ ਗਾਇਆ, ਜਿਵੇਂ ਅੱਜ ਕੱਲ੍ਹ ਦੇ ਗਾਉਣ ਵਾਲੇ ਸੀਡੀਆਂ ਲਾ ਕੇ ਉਹਨੂੰ ਲਿਪ ਸਿੰਘ ਕਹਿੰਦੇ ਫੁੱਲ ਹਲਾਉਂਦੇ ਆ, ਮੈਂ ਤਾਂ ਇੱਥੋਂ ਗਾਉਣਾ ਇੱਕ ਤੋਂ। ਕਈ ਬੰਦੇ ਸੋਚਦੇ ਆ ਪਤਾ ਨਹੀਂ ਮੈਂ ਪੈਗ ਪੁੱਗ ਲਾਉਂਦਾ, ਹੁਣ ਪੈਗ ਲਾ ਕੇ ਗਾਉਣਾ, ਉਹ ਇੱਕ ਬੰਦਾ ਲਾਉਂਦਾ ਸੀ ਦੁਨੀਆਂ 'ਤੇ ਚੱਲਿਆ, ਉਹਦੇ ਨਾਲ ਦੀ ਤਾਰੀ ਵਜਾਏ ਕੁਲਦੀਪ ਮਾਨ ਸਾਹਿਬ, ਬਹੁਤ ਵੱਡਾ ਸਿੰਗਰ ਹੋਇਆ। ਚਲੋ ਊਧਮ ਸਿੰਘ ਪੇਸ਼ ਕਰ ਰਿਹਾ ਹੈ, ਸੋ ਮੇਰੀ ਇੱਕੋ ਬੇਨਤੀ ਹੈ ਆਪਾਂ ਹਾਰ ਫੁੱਲ ਛੱਡਣਾ, ਜਦੋਂ ਥੋੜ੍ਹਾ ਜਿਹਾ ਬੋਰ ਹੋ ਜਾਓਗੇ ਮੈਨੂੰ ਦੱਸ ਦਿਓ, ਉੱਥੇ ਬੰਦ, ਕਿਉਂਕਿ ਮੈਂ ਪਰਸੋਂ ਚਲੇ ਜਾਣਾ ਵਾਪਸ ਆਪ ਜੀ ਦੇ ਖੂਬਸੂਰਤ ਸ਼ਹਿਰ 'ਚੋਂ, ਉੱਥੇ ਹੀ ਰਹਿਣਾ ਜਿੱਥੇ ਪਰਾਲੀਆਂ ਦੀ ਧੁੰਦ ਉੱਡਦੀ ਹੈ, ਜਿੱਥੇ ਪਤਾ ਨਹੀਂ ਕਦੋਂ ਕਿਹਨੇ ਰੋਕ ਲੈਣਾ। ਪਰ ਫਿਰ ਵੀ ਇੱਕੋ ਹੀ ਗੱਲ ਹੈ, ਸੋਹਣੇ ਪੰਜਾਬ ਦੀ ਜਿੰਨੀ ਸਿਫਤ ਕਰੀਏ ਥੋੜ੍ਹੀ ਹੈ। ਲੈ ਪੇਸ਼ ਕਰ ਰਿਹਾ ਊਧਮ ਸਿੰਘ ਦੀ ਇੱਕ ਗੱਲ, ਤਵੱਜੋ ਦਿਓ ਬਾਈ। ਹਾਂਜੀ ਜਿਹੜੇ ਕਈ ਉੱਠ ਕੇ ਜਾ ਰਹੇ ਹੈ ਉਹਨਾਂ ਨੂੰ ਮੈਂ ਰੋਕਦਾ ਨਹੀਂ, ਕਿਉਂਕਿ ਉਹਨਾਂ ਨੂੰ ਗੌਰਮੈਂਟ ਵੀ ਨਹੀਂ ਰੋਕ ਸਕਦੀ ਇਹੋ ਜਿਹੇ ਕੰਮ ਤੋਂ, ਇਹ ਮਸਲਾ ਹੀ ਇਹੋ ਜਿਹਾ ਹੁੰਦਾ। ਸੋ ਮੈਂ ਊਧਮ ਸਿੰਘ ਪੇਸ਼ ਕਰ ਰਿਹਾ ਤੁਹਾਡੇ ਸਾਹਮਣੇ, ਲੋ ਜਲਿਆਂ ਵਾਲੇ ਬਾਗ ਦਾ ਬਦਲਾ ਲੈਣਾ ਸੀ ਜਤਿੰਦਰ ਸਿੰਘ, ਜਲਿਆਂ ਵਾਲੇ ਬਾਗ ਦਾ ਬਦਲਾ ਲੈਣਾ ਸੀ ਊਧਮ ਸਿੰਘ ਨੇ। ਲੰਡਨ ਟੈਕਸਟਨ ਹਾਲ 'ਚ ਪਹੁੰਚ ਜਾਂਦਾ ਹੈ, ਖੂਨੀ ਵਿਸਾਖੀ 1919 ਭਾਸ਼ਣ ਦੇ ਰਿਹਾ ਡਾਇਰ ਭਾਈ, ਜਦੋਂ ਹੁਣ ਮੁੜ ਕੇ ਕਦੇ ਮੈਂ ਇੰਡੀਆ ਗਿਆ, ਅੰਮ੍ਰਿਤਸਰ ਸਾਹਿਬ ਗਿਆ, ਸਾਰੇ ਦੇ ਸਾਰੇ ਪੰਜਾਬੀ ਮਾਰਦੇ ਨੇ, ਮੂਰਲੀ ਕਿਤਾਬ 'ਚ ਊਧਮ ਸਿੰਘ ਬੈਠਾ, ਕਿਤਾਬ ਕੱਟ ਕੇ ਵਿੱਚ ਰਿਵਾਲਵਰ ਫਿੱਟ ਕੀਤਾ ਹੋਇਆ, ਸ਼ਿਕਾਰੀ ਸ਼ਿਕਾਰ ਨੂੰ ਲੱਭਦਾ ਫਿਰਦਾ, ਜਦੋਂ ਕਹਿੰਦਾ ਬਈ ਐਤਕੀ ਜਦੋਂ ਪੰਜਾਬ ਗਿਆ ਸਾਰੀ ਮਾਰ ਦੇਣੇ ਹੈ, ਊਧਮ ਸਿੰਘ ਕਹਿੰਦਾ ਪੁੱਤ ਹੁਣ ਤੂੰ ਪੰਜਾਬ ਨਹੀਂ ਜਾਏਗਾ, ਇੱਥੋਂ ਸਿੱਧਾ ਹਰਿਦੁਆਰ ਜਾਏਗਾ, ਉਹ ਸੀ ਊਧਮ ਸਿੰਘ। ਸੋ ਉਹਦੀ ਮੈਂ ਗੱਲ ਕਰ ਰਿਹਾ, ਹਾਂਜੀ ਜ਼ੋਰਦਾਰ ਤਾਰੀ ਵੀ ਆ ਊਧਮ ਸਿੰਘ ਦੇ ਨਾਂ ਦੀ, ਕੱਢ ਕੇ ਕਰ ਰਹੀ। ਹਾਂਜੀ ਪਾਣੀ ਹੈ ਬਾਈ ਤੱਤਾ ਕੀਤਾ ਹੋਇਆ, ਜਿਹਨੇ ਪੀਣਾ ਆ ਗਏ ਪੀ ਕੇ ਪੀ ਲੋ, ਨਹੀਂ ਐਸੀ ਗੱਲ ਨਹੀਂ, ਅੱਜ ਤੁਹਾਡੀ ਖੁਸ਼ੀ 'ਚ ਬਾਅਦ 'ਚ ਡੇਟ ਮੈਂ ਕਰਾਵਾਂ, ਜ਼ਿਆਦਾ ਲਾ ਸਕਦਾ ਜੀ ਬਾਅਦ 'ਚ ਵੀ। ਇੱਕ ਵਾਰੀ ਉੱਪਰ ਹੱਥ ਖੜੇ ਕਰਕੇ ਤਾੜੀ ਏਦਾਂ, ਇਹ ਏਦਾਂ ਕੈਮਰਾ ਇੱਧਰ ਨੂੰ ਕਰੋ ਜੀ, ਜਰਾ ਇੱਧਰ ਪਬਲਿਕ ਵੱਲ ਉੱਪਰ, 1 2 3 ਤਾੜੀ ਰੰਗ ਸਿੰਘ
अच्छे दिनाने वाले तस्सीर कलाकार ऐसी हंसना खेड़ा फरमाइशा बहुत ने नमा ले लिया ट्रक तेरे यार ने बाबियां दे चल चली। वैसे
ਗਾਣਾ ਤੇ ਖਾਣਾ ਇਹਦੀ ਜੁਗਲਬੰਦੀ ਨਹੀਂ ਹੈ, ਪਰ ਕੋਈ ਐਸੀ ਗੱਲ ਨਹੀਂ। ਮੈਂ ਮੇਰਾ ਕੰਮ ਹੈ ਗਾਣਾ, ਤੁਸੀਂ ਸੁਣਨਾ ਵੀ ਹੈ ਤੇ ਟੇਬਲਾਂ ਵੀ ਮੇਰਾ ਖਿਆਲ ਮਹਿੰਗੀਆਂ ਨੇ, ਪਰ ਇੰਨਾ ਸਸਤਾ ਸ਼ੋਅ ਭੈਣ ਜੀ ਨੇ ਅਰੇਂਜ ਕੀਤਾ ਹੈ, ਇਹ ਤੁਹਾਡੇ ਇੰਟਰਟੇਨਮੈਂਟ ਵਾਸਤੇ ਹੈ, ਪੰਜਾਬ ਦੇ ਸੱਭਿਆਚਾਰ ਲਈ ਕੀਤਾ ਹੈ। ਕੋਈ ਕਮਾਈ ਨਹੀਂ, ਸਿਰਫ ਸੱਭਿਆਚਾਰ ਦੀ ਸੇਵਾ। ਆਸ਼ਾ ਭੈਣ ਜੀ ਵਾਸਤੇ ਤਾਲੀ ਜੋੜਨਾ। ਚਲੋ ਮੈਂ ਟਰਾਲਾ ਪੇਸ਼ ਕਰ ਰਿਹਾ, ਇੱਕ ਗਾਣਾ ਨਵਾਂ ਬਹੁਤ ਚਰਚਾ ਦੇ ਵਿੱਚ ਹੈ, ਅਮਰੀਕ ਸਿੰਘ ਤਲਵੰਡੀ ਦੀ ਕਲਮ, ਆਵਾਜ਼ ਮੇਰੀ ਹੈ, ਰਾਗ ਦਰਬਾਰੀ ਹੈ, ਇਹ ਵੀ ਦੱਸ ਦਿੰਦਾ। ਸੋ ਪੇਸ਼ ਕਰ ਰਿਹਾ, ਗੌਰ ਫਰਮਾਓ। ਇਹ ਗਾਣਾ ਉਦਾਂ ਦਾ ਨਹੀਂ, ਇਹਦਾ ਮੈਸੇਜ ਹੈ ਕੋਈ। ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਝਿੜਕਦੇ ਰਹਿੰਦੇ ਹਾਂ, ਅੱਜ ਦੇ ਯੂਥ ਨੇ ਗਾਣਾ ਬਹੁਤ ਪਸੰਦ ਕੀਤਾ। ਕਈ ਵਾਰੀ ਆਪਾਂ ਕਹਿੰਦੇ ਹਾਂ ਤੂੰ ਕੰਮ ਨਹੀਂ ਕਰਦਾ, ਕੰਜਰ ਦਾ ਫੇਲਾ ਫਿਰਦਾ ਰਹਿਣਾ, ਇੰਨਾ ਪੜ੍ਹਾਇਆ ਲਿਖਾਇਆ, ਸਵੇਰੇ ਤੜਕੇ ਨਹੀਂ ਉੱਠਦਾ, ਸ਼ਾਮ ਨੂੰ ਲੇਟ ਆਉਣਾ, ਪਰ ਉਹ ਵੀ ਦੁਖੀ ਹੁੰਦਾ। ਪਰ ਕਈ ਵਾਰੀ ਇਹੋ ਜਿਹਾ ਵੀ ਰੱਬ ਸੁਣ ਲੈਂਦੇ। ਸੋ ਇਹ ਗੀਤ ਹੈ, ਮੈਂ ਆਪਣਾ ਟਰਾਲਾ ਪਾ ਲਿਆ, ਨੋਟਾਂ ਦੇ ਢੇਰ ਲਗਾਵਾਂਗੇ। ਬਿਲਕੁਲ ਨਵਾਂ ਗੀਤ, ਮੈਂ ਜਦ ਤੱਕ ਇੱਕ ਨਵੀਂ ਗੱਲ ਪੇਸ਼ ਕਰ ਰਹੇ ਹਾਂ, ਤਾਂ ਤਵੱਜੋ ਦਿਓ। ਹਾਂਜੀ, ਥੋੜ੍ਹੀ ਜਿਹੀ ਤੁੰਗੀ ਦੀ ਆਵਾਜ਼, ਸਾਊਂਡ ਬਹੁਤ ਵਧੀਆ ਬਈ, ਜ਼ੋਰਦਾਰ ਤਾੜੀਆਂ ਸਾਊਂਡ ਵਾਸਤੇ, ਜ਼ੋਰਦਾਰ। ਕੀ ਨਾਮ ਹੈ ਬੇਟਾ? ਵਿਜੇ। ਜਾ ਤੇਰੀ ਵਿਜੇ ਹੀ ਰਹੂਗੀ, ਵਿਜੇ ਦਾ ਮਤਲਬ ਜਿੱਤ। ਬਾਈ ਜੀ ਦੀ ਫਰਮਾਇਸ਼ ਹੈ, ਕਾਲੇ ਪਾਣੀ ਉਹ ਮੌੜ ਨੂੰ ਖਤ ਪਿਛਲੇ ਪਾਇਆ। ਮੈਂ ਜ਼ਰੂਰ ਸੁਣਾਉਂਦਾ, ਪੁੱਛੋ ਕਿਉਂ ਤੁਸੀਂ ਕਾਲਾ ਕੋਟ ਪਾਇਆ। ਇਹ ਐਸੀ ਪਰਸਨੈਲਿਟੀ, ਕਹਿੰਦੇ ਮੇਰਾ ਇੰਨਾ ਕੱਦ ਹੁੰਦਾ 5.5 ਲੱਖ ਕਰੋੜ ਆਉਂਦਾ ਜਾਂਦਾ ਸੀ, ਪਰ ਹੁਣ ਮੈਂ 1.5 ਲੱਖ ਲੈਂਦਾ ਜੀ। ਥੈਂਕ ਯੂ ਭਾਈ। ਬਾਹਰ ਵੀ ਆਏਗਾ ਜਾਂ ਅੰਦਰੇ ਕੁੱਤੇ ਵਾਂਗੂ ਪਹੁੰਚੀ। ਕਹਿੰਦੇ ਨੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਪਿੰਡ ਵੱਲੋਂ ਭੱਜਦਾ, ਤੇ ਜੋਗਰਾ ਤੂੰ ਵੀ ਐਨ ਠੀਕ ਜਗ੍ਹਾ ਤੇ। ਥੋੜ੍ਹੀ ਦੇਰ ਬਾਅਦ ਇੱਕ ਬ੍ਰੇਕ ਤੋਂ ਬਾਅਦ ਪੇਸ਼ ਕਰਾਂਗੇ ਬਾਈ ਜੀ ਦੀ ਫਰਮਾਇਸ਼। ਉਸ ਤੋਂ ਪਹਿਲਾਂ ਟਰਾਲਾ ਪੇਸ਼ ਕਰ ਰਹੇ ਹਾਂ, ਆਪਣੇ ਆਪਣੇ ਫੋਨਾਂ ਦੇ ਵਿੱਚ ਇਹਨੂੰ ਰਿਕਾਰਡ ਕਰ ਲਓ, ਵੀਡੀਓ ਬਣਾ ਲਓ, ਤੇ ਸੀ ਡੀ ਜਿਹਨਾਂ ਨੂੰ ਚਾਹੀਦੀ ਹੈ ਟਰਾਲੇ ਦੀ ਤੇ ਸੁਲਤਾਨ ਦੀ ਭਜਨ ਉਹਨਾਂ ਦੇ ਕੋਲੋਂ ਆ ਕੇ ਲੈ ਜਾਓ। ਹਾਂਜੀ,
ਉਹਦਾ ਦਿਲ ਹੀ ਬੈਠਾ ਹੋਵੇ ਉਹਨੂੰ ਦੱਸ ਦੇ ਉਹਨੇ ਸਪੋਂਸਰ ਕੀਤਾ ਸੀ। ਲਵੇਸ਼ ਕਰੇ ਸਮਝਣਾ
ਸਰਦਾਰ ਜਸਵੰਤ ਸਿੰਘ ਦੀ ਹੋਠੀ, ਹਰਦਮਨ ਸਿੰਘ ਦੀ ਬਿੱਲਾ ਸੰਘੇੜਾ, ਰਾਜ ਭਨੌਟ ਸਾਹਿਬ, ਕਸ਼ਮੀਰ ਸਿਵੀਆ ਜੀ, ਕਸ਼ਮੀਰੀ ਭਾਟੀਆ ਜੀ, ਸ਼ੀਰਾ ਨਾਹਲ, ਲਾਲੀ ਭਾਜੀ ਸਾਡੇ ਯੂਨੀਅਨ ਸਿਟੀ ਵਾਲੇ, ਮਨਦੀਪ ਪਿੰਡ ਮਨਜੀਤ ਥਿਆੜਾ, ਹਰਬਖਸ਼ ਸਿੰਘ ਜੀ ਰੰਧਾਵਾ ਐਂਡ ਵਿੱਕੀ ਟ੍ਰੇਸੀ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪੌਲ ਰਾਜੀਵ ਚੱਡਾ, ਹਰਜੀਤ ਸਿੰਘ ਸਵੈਟ, ਮਨਜੀਤ ਸੰਧਰ ਜੀ, ਤੀਰਥ ਸਿੰਘ ਜੀ ਸਲ, ਭਿੰਦਰ ਸਿੰਘ ਜੀ ਸਲ, ਜੋਗਾ ਸਿੰਘ ਸਲ, ਚੜ੍ਹਦਾ ਪੰਜਾਬ ਆਲ ਦਾ ਵੇ ਫਰੋਮ ਰੋਜ਼ਵੈਲ, ਚੜ੍ਹਦਾ ਪੰਜਾਬ, ਬਲਜੀਤ ਵਾਸੀ ਐਂਡ ਫਰੈਂਡਸ, ਥੈਂਕ ਯੂ ਸੋ ਮਚ। ਕੈਂਪ ਲੋਜਿਸਟਿਕਸ ਧੀਰਾ ਨੇਚਰ, ਜਸਪ੍ਰੀਤ ਸਿੰਘ ਅਟਰਨੀ ਐਟ ਲਾ, ਉਹਨਾਂ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ। ਉਹਨਾਂ ਦਾ ਗੀਤ ਆਇਆ ਪੱਤ ਰੱਖਿਓ ਮੇਰੀ, ਜਸਪ੍ਰੀਤ ਸਿੰਘ ਵਧਾਈ ਦੇ ਹੱਕਦਾਰ ਨੇ। ਰਾਜ ਜੋਤ ਇੰਡੀਅਨ ਕਜ਼ੀਨ ਸੈਨ ਹੋਜ਼ੇ ਸਨੀ ਵੇ, ਨਾਓ ਦੇ ਹੈਵ ਅ ਸਮਾਲ ਹਾਲ ਆਲਸੋ 200 ਪੀਪਲ, ਤੁਸੀਂ ਉੱਥੇ ਪਾਰਟੀ ਵੀ ਕਰ ਸਕਦੇ ਹੋ। ਪੱਲਵੀ ਬੁਟੀਕ ਸੈਨ ਹੋਜ਼ੇ, ਸੁਰਜੀਤ ਸਿੰਘ ਰਣਜੀਤ ਸਿੰਘ ਟੁੱਟ ਬ੍ਰਦਰਸ ਵਾਟਸਨ ਵੇ, ਪੰਕਜ ਆਂਸਲ ਇੰਡੀਅਨ ਸਪਾਈਸ ਬਾਜ਼ਾਰ ਸਨੀ ਵੇ, ਸਤਵਿੰਦਰ ਸਿੰਘ ਸਰਾਮ, ਮਾਰਗਨ ਹਿਲਕੋਮ ਗ੍ਰੋਸਰੀ ਐਂਡ ਲੀਕਰ ਸਟੋਰ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਵੀਰਾਂ ਦਾ। ਪਰਮਜੀਤ ਸਿੰਘ